ਇਹ ਡੈਥ ਬੈੱਡ ਤੇ ਪਈ ਹੋਈ ਪੀੜਤ ਮਹਿਲਾ ਜਗਰਾਉਂ ਦੇ ਮੁਹੱਲਾ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਕੁਲਵੰਤ ਕੌਰ ਹੈ ਜੋ ਸਾਲ 2005 ਵਿੱਚ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਸੀ ਜਿਸ ਦੇ ਭਰਾ ਇਕਬਾਲ ਸਿੰਘ ਰਸੂਲਪੁਰ ਨੂੰ ਵੀ ਪੁਲਿਸ ਨੇ ਝੂਠੇ ਕਤਲ ਦੇ ਮਾਮਲੇ ਵਿੱਚ ਫਸਾ ਦਿੱਤਾ ਸੀ ਜੋ ਬਾਅਦ ਵਿੱਚ ਬਰੀ ਵੀ ਹੋ ਗਿਆ ਪਰ ਕੁਲਵੰਤ ਕੌਰ ਅਜੇ ਵੀ ਪੁਲਿਸ ਦੀ ਧੱਕੇਸ਼ਾਹੀ ਕਰਕੇ ਬੈੱਡ ਤੇ ਹੀ ਹੈ ਅਤੇ ਇਹ ਉਹ 35,000 ਚਿੱਠੀਆਂ ਨੇ ਜੋ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਇਨਸਾਫ਼ ਦੀ ਮੰਗ ਲਈ ਲਿਖੀਆਂ ਗਈਆਂ ਨੇ ਇੰਨਾ ਹੀ ਨਹੀਂ ਭੈਣ ਕੁਲਵੰਤ ਕੌਰ ਨੇ ਵੀ ਮੁੱਖ ਮੰਤਰੀ ਨੂੰ ਇੱਕ ਇੰਸਟਾਗ੍ਰਾਮ ਜ਼ਰੀਏ ਲਿਖ ਕੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਇਨਸਾਫ਼ ਨਹੀਂ ਦੇ ਸਕਦੀ ਤਾਂ ਮੈਨੂੰ ਮੌਤ ਦੇ ਦਿਓ ਜਿਸ ਦੇ ਚਲਦਿਆਂ ਹੁਣ ਇਸ ਪੀੜਤਾਂ ਨੂੰ ਮਿਲਣ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪਹੁੰਚੀ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕਿਸੇ ਪੁਲਿਸ ਅਧਿਕਾਰੀ ਤੇ ਸਵਾਲ ਚੁੱਕਣਾ ਆਰੋਪ ਲਗਾਉਣਾ ਬਹੁਤ ਵੱਡੀ ਗੱਲ ਹੈ ਉਹਨਾਂ ਕਿਹਾ ਕਿ ਇਹ ਮਾਮਲਾ 2005 ਦਾ ਹੈ ਅਤੇ ਕਮਿਸ਼ਨ ਚੇਅਰਮੈਨ ਉਹ 2018 ਵਿੱਚ ਬਣੇ ਹਨ ਅਤੇ ਉਹ 15 ਦਿਨ ਵਿੱਚ ਸਿੱਟ ਬਣਾ ਕੇ ਜਾਂਚ ਕਰਨ ਦੀ ਗੱਲ ਕਹਿ ਕੇ ਉੱਥੋਂ ਚਲਦੀ ਬਣੀ देखो बेटा मैं हले इस बारे जब तक हुन मैटर सोशल मीडिया ते तुसी वायरल कीता तुहानू भी मेरा कंसर्न पता होएगा कि एक मेरा कंसर्न एक बच्ची नू जस्टिस दिलाना है ਸਵਾਲ ਬਹੁਤ ਬਾਜ਼ੀ ਦੇ ਮੈਟਰ 2005 ਦਾ ਮੈਂ 2018 ਜੁਆਇਨ ਮੈਡਮ ਹੁਣ ਕਿੰਨੇ ਸਾਲ ਦੇ ਇਨਸਾਨ ਬਣ ਗਏ ਜੀ ਹਜ਼ਾਰਾਂ ਕੰਪਲੇਂਟਸ ਰੋਜ਼ ਦੀ ਆਂਦੀਆਂ ਨੇ ਆਪਾਂ ਇਹਦੇ ਤੇ ਸਰਕਾਰ ਨੂੰ ਸਿਫਾਰਿਸ਼ ਕਰਾਂਗੇ ਆਰਡਰ ਕਰਾਂਗੇ ਕਿ ਇਮੀਡੀਏਟਲੀ ਇਸ ਮੈਟਰ ਤੇ ਸਿੱਟ ਬੈਠੀ ਜਾਏ ਜਿੱਦਾਂ ਕਿ ਐਸਐਸਪੀ ਸਾਹਿਬ ਨੇ ਵੀ ਦੱਸਿਆ ਹੈ ਕਿ ਨੈਸ਼ਨਲ ਐਸਸੀ ਕਮਿਸ਼ਨ ਇਸ ਮੈਟਰ ਨੂੰ ਦੇਖ ਰਿਹਾ ਸਾਨੂੰ ਵੀ ਬਹੁਤ ਉਮੀਦ ਹੈ ਕਿ ਇੱਕ ਛੋਟੀ ਜਿਹੀ ਬੱਚੀ ਜਿਹੜੀ ਇਸ ਟਾਈਮ ਬੈੱਡ ਤੇ ਪਈ ਹੋਈ ਹੈ ਉਹਦੀ ਹਾਲਤ ਬਹੁਤ ਖਰਾਬ ਹੈ ਸਾਨੂੰ ਪੂਰੀ ਉਮੀਦ ਹੈ ਐਸਸੀ ਕਮਿਸ਼ਨ ਤੋਂ ਵੀ ਕਿ ਬੱਚੀ ਦੇ ਨਾਲ ਜਸਟਿਸ ਹੋਏਗਾ ਨਹੀਂ ਤਾਂ ਸਟੇਟ ਵਿਮੈਨ ਕਮਿਸ਼ਨ ਕੜਾ ਐਕਸ਼ਨ ਲੈ ਕੇ ਆਰਡਰ ਕਰੇਗਾ ਜਿਹੜਾ ਇਹ 2005 ਤੋਂ ਮੈਟਰ ਪੈਂਡਿੰਗ ਪਿਆ ਮੈਨੂੰ ਪੂਰੀ ਉਮੀਦ ਹੈ ਕਿ ਇਸ ਬੱਚੀ ਦੇ ਨਾਲ ਜਸਟਿਸ ਮੈਮ ਕਦ ਤੱਕ ਹੋਊਗਾ ਜੀ ਮੈਮ ਕਦ ਤੱਕ ਹੋਏਗਾ ਕਿਉਂਕਿ ਨਵੀਂ ਅਨਸਰ ਸਰਕਾਰ ਬਣੀ ਕਿੰਨੇ ਸਾਲ ਹੋਣੇ ਕਿੰਨੇ ਸਾਲ ਦੱਸੋ ਜਿੰਨੇ ਲੱਗਣਗੇ ਆਪ ਹੀ ਭੁੱਖ ਹੜਤਾਲ ਤੇ ਬੈਠਦੇ ਹੋ ਤੁਹਾਡੀ ਸੁਣਵਾਈ ਨਹੀਂ ਹੁੰਦੀ ਆਪਣਾ ਕੰਮ ਜਿਹੜਾ ਕਰ ਰਹੇ ਹੋ ਨਾ ਉਹ ਕਰੋ ਭੁੱਖ ਹੜਤਾਲ ਲਾਈ ਹੋਈ ਆਪਣੀ ਨਾ ਤੁਹਾਨੂੰ ਨਾ ਦਿਖਾਉਂਦਾ ਉਧਰ ਪੀੜਤਾ ਦੇ ਭਰਾ ਇਕਬਾਲ ਸਿੰਘ ਨੇ ਕਿਹਾ ਕਿ ਸਾਲ 2005 ਵਿੱਚ ਥਾਣਾ ਸਿਟੀ ਦੇ ਐਸਐਚਓ ਗੁਰਿੰਦਰ ਸਿੰਘ ਬੱਲ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਸੀ ਅਤੇ ਹੁਣ ਉਹ ਐਸਐਚਓ ਤਰੱਕੀ ਲੈ ਕੇ ਡੀਐਸਪੀ ਬਣ ਕੇ ਪਟਿਆਲਾ ਲੱਗਾ ਹੋਇਆ ਹੈ ਜੇਕਰ ਹੁਣ ਵੀ ਉਹਨਾਂ ਨੇ ਇਨਸਾਫ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਰੁਖ ਕਰਨਗੇ ਚਿੱਠੀ ਕੀ ਲਿਖਿਆ ਕੀ ਆ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਬਹੁਤ ਸਾਰੀਆਂ ਚਿੱਠੀਆਂ ਮੁੱਖ ਮੰਤਰੀ ਸਾਹਿਬ ਨੂੰ ਲਿਖ ਚੁੱਕੇ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਵੀ ਕਿਹਾ ਸੀਗਾ ਕਿ ਕਮਿਸ਼ਨਾਂ ਨੇ ਆਰਡਰ ਕੀਤੇ ਆ ਐਸਸੀ ਕਮਿਸ਼ਨ ਦਿੱਲੀ ਨੇ ਆਰਡਰ ਕੀਤਾ ਵਾ ਰਾਜਕੁਮਾਰ ਬੇਰਕਾ ਜੀ ਤੋਂ ਲੈ ਕੇ ਹੁਣ ਵਿਜੇ ਸੰਪਲਾ ਜੀ ਤੱਕ ਵਾਰ ਵਾਰ ਆਰਡਰ ਹੋਏ ਆ ਮਨੀਸ਼ਾ ਘਲਾਚੀ ਨੇ ਵੀ ਆਰਡਰ ਮਨੀਸ਼ਾ ਘਲਾਚੀ ਜੀ ਨੇ ਵੀ ਆਰਡਰ ਕੀਤੇ ਆ ਪਰ ਉਹ ਆਰਡਰ ਸਾਰੇ ਦੇ ਸਾਰੇ ਐਸਐਸਪੀ ਦਫ਼ਤਰ 'ਚ ਰੁਕ ਜਾਂਦੇ ਆ ਅਤੇ ਜਿਹੜਾ ਐਸਐਸਪੀ ਦਫ਼ਤਰ ਜਿਹੜੀ ਦੀ ਪੁਲਿਸ ਮਹਿਕਮਾ ਵਾ ਇਹ ਗ੍ਰਹਿ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਆ ਇਹ ਮਹਿਕਮਾ ਉਹ ਗ੍ਰਹਿ ਮੰਤਰੀ ਵੀ ਨੇ ਮੁੱਖ ਮੰਤਰੀ ਦੇ ਨਾਲ ਇਸ ਕਰਕੇ ਅਸੀਂ ਇਹ ਭੈਣ ਨੇ ਮੇਰੀ ਨੇ ਚਿੱਠੀ ਲਿਖੀ ਆ ਜੇ ਮੈਨੂੰ ਇਨਸਾਫ਼ ਨਹੀਂ ਦੇ ਸਕਦੇ ਤਾਂ ਮੈਨੂੰ ਮੌਤ ਦੇ ਦਿਓ ਉਮੀਦ ਆ ਜਿਹੜੀ ਉਹ ਬੰਦੇ ਨੂੰ ਹਮੇਸ਼ਾ ਹੀ ਹੁੰਦੀ ਆ ਉਮੀਦ ਤਾਂ ਜਿੰਨੇ ਐਸਐਸਪੀ ਆਏ ਆ ਉਹ ਸਾਰੇ ਮੈਨੂੰ ਕਹਿੰਦੇ ਸੀ ਬਸ ਮੈਂ ਪਰਚਾ ਦਰਜ ਮੈਂ ਅਸੀਂ ਕਰ ਰਹੇ ਹਾਂ ਹੁਣ ਵੀ ਐਸਐਸਪੀ ਸਾਹਿਬ ਨੇ ਕਿਹਾ ਉਮੀਦ ਮੈਨੂੰ ਹੈ ਕਿ ਕੱਲ੍ਹ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਆਇਆ ਉਦੋਂ ਵੀ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਅੱਜ ਮਨੀਸ਼ਾ ਜੀ ਆਏ ਇਹਨਾਂ ਨੇ ਵੀ ਭਰੋਸਾ ਦਿੱਤਾ ਭਰੋਸੇ ਅਤੇ ਉਮੀਦ ਹਮੇਸ਼ਾ ਹੀ ਹੁੰਦੀ ਆ ਪਰ ਮੈਂ ਕੁਛ ਟਾਈਮ ਦੇਖੂੰਗਾ ਪਰ ਇਹ ਤਾਂ ਨਹੀਂ ਨਾ ਬਈ ਇਸ ਉਮੀਦ ਨੂੰ ਮੈਂ ਸਾਲਾਂ ਬੱਧੀ ਦੇਖਦਾ ਰਹੂੰਗਾ ਮੈਂ ਮਹੀਨਾ ਦੋ ਮਹੀਨੇ ਦੇਖੂੰਗਾ ਜਦੋਂ ਮੈਨੂੰ ਲੱਗੂਗਾ ਨਹੀਂ ਕੁਛ ਬਣਾ ਕੇ ਮੈਂ ਅਗਲਾ ਸਟੈਪ ਲਊਂਗਾ ਅਗਲੇ ਸਟੈਪ ਮੇਰੇ ਦੋ ਨੇ ਜਾਂ ਨਾਲ ਦੀ ਨਾਲ ਮੈਂ ਹਾਈ ਕੋਰਟ ਵੀ ਜਾ ਸਕਦਾ ਨਹੀਂ ਤਾਂ ਅੱਗੇ ਵੀ 500 ਬੰਦਾ ਲੈ ਕੇ ਐਸਐਸਪੀ ਦਫ਼ਤਰ ਘੇਰਿਆ ਸੀਗਾ ਫਿਰ ਘੇਰੂੰਗਾ ਅਤੇ ਆਹ ਮੰਜਾ ਵੀ ਇਸ ਆਪਦੀ ਭੈਣ ਦਾ ਚੱਕ ਕੇ ਐਸਐਸਪੀ ਦਫ਼ਤਰ ਦੇ ਮੂਹਰੇ ਡਾਲੂੰਗਾ इस मौके जगराऊं दे एसएसपी चरणजीत सिंह सोहल ने कहा कि शिकायत दे आधार ते उपरों आए आर्डर दे तहत जो भी तथ्य सामने आउणगे उस दे आधार ते कार्रवाई कीती जावेगी जगराऊं तो कैमरामैन ललित कालड़ा नाल सुरेंद्र सोनी दी रिपोर्ट फगवाड़ा दे विच आशु दी हट्टी दा खुला चैलेंज जित्थों तुहानूं मिलणगे शहर विच सब तो सस्ते रेट ते सूट लहंगे साड़ियां ते प्लाजो आशु दी हट्टी दा इक ही वादा तुहानूं मिलणगे वधिया क्वालिटी दे कपड़े पर रेट नहीं होवेगा ज्यादा एक बार विजिट जरूर करो आशु दी हट्टी ऑपोजिट बस स्टैंड फगवाड़ा।